ਅਸਲਾਮ ਵਾਲੇਕਮ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਟੀ ਵੀ ਅਤੇ ਮੇਰਾ ਮੇਜ਼ਬਾਨ ਅਫਜ਼ਾਲ ਅਹਿਮਦ। ਅੱਜ ਦੀ ਵੀਡੀਓ 'ਚ ਮਾਸ਼ਾ ਜਨਾਬ 4 ਬੈੜਾਂ ਨੇ, 3 ਬੈੜਾਂ ਮਾਸ਼ਾ ਜਨਾਬ ਡਿਲੀਵਰ ਹੋਈਆਂ ਨੇ, 1 ਬੈੜੀ ਮਾਸ਼ਾ ਜਨਾਬ ਗਬਨ ਨੇ। ਸਭ ਤੋਂ ਪਹਿਲਾਂ ਮੇਰਾ ਕੈਮਰਾਮੈਨ ਜਨਾਬ ਤੁਹਾਨੂੰ ਬੈੜਾਂ ਦਿਖਾਏਗਾ ਅਤੇ ਮਜ਼ੀਦ ਗੱਲਬਾਤ ਕਰਾਂਗੇ ਮਾਲਕ ਦੇ ਨਾਲ ਕਿ ਇਹਨਾਂ ਦੇ ਨਿਰਮਾਣ ਕਰਦੇ। ਦਿਖਾਓ ਜੀ ਕੈਮਰਾਮੈਨ, ਪਹਿਲੇ ਨੰਬਰ ਦਾ ਜਾਨਵਰ ਦਿਖਾਓ। ਅਲੱਗ ਕੁਆਲਿਟੀ ਦੇ ਜਾਨਵਰ ਮਿਲ ਰਹੇ ਨੇ ਜਨਾਬ ਆਪਣਾ ਪੰਜਾਬ ਟੀ ਵੀ 'ਤੇ। ਪਹਿਲੇ ਨੰਬਰ ਦਾ ਮਾਸ਼ਾ ਜਨਾਬ ਬੜਾ ਖੂਬਸੂਰਤ ਰਸੀਨੋ ਜਮੀਲ ਮਾਸ਼ਾ ਜਨਾਬ ਜਾਨਵਰ। ਬੈਸ ਲੈ, ਮੈਨੂੰ ਥੋੜ੍ਹਾ ਪੜਾਂ ਕਰਾ ਜਾ ਵੱਡੀ ਗਾਂ। ਆ ਜਿਹੜੀ ਬੈੜੀ ਖੜੀ ਹੈ, ਵਾਰਾ ਕਿਤੇ ਇਹਨੇ ਡਿਲੀਵਰ ਕੀਤਾ? ਪਹਿਲਾਂ ਜੀ ਦੁੰਦੀ ਮੂੰਹ ਚੋਂ ਪਤ ਮੂੰਹ ਪੜਤਾ ਬਕਾ, ਮੂੰਹ ਚੋਂ ਦੋ ਦੰਦ ਵਾਰਾ ਪਹਿਲਾਂ ਡਿਲੀਵਰ ਕੀਤਾ। ਜੀ ਜੀ, ਬੱਚਾ ਇਹਦਾ ਜਿਹੜਾ ਅੱਗੇ ਖੜਾ ਹੈ ਲਾਲ ਰੰਗ, ਅੱਛਾ ਵੱਛੀ ਵਿੱਚ ਲਾਲ ਰੰਗ ਦੀ ਵੱਛੀ, ਔਰ ਪਹਿਲਾਂ ਹੋ ਗਿਆ ਜਨਾਬ। ਇਹ ਚੈੱਕ ਕਰਨਾ ਵੈਰ ਨੂੰ ਗੁਲ ਕੈਸਾ ਲੱਗਿਆ ਮਾਸ਼ਾਅੱਲਾ ਜਨਾਬ, ਅੱਛੀ ਦੀ ਚੁਆਈ ਵਾਲਾ, ਔਰ ਫੇਸ ਬੜਾ ਖੂਬਸੂਰਤ। ਛੱਡ ਕੇ ਟੋਰੀ ਵੀ ਭਾਈ, ਇਸ ਨਸਲ ਕਿਹੜੀ ਜਾਂਦੀ, ਕਿਹੜਾ ਕਿਹੜਾ ਕਲਾਸ? ਜੀ ਜਰਸੀ ਚੋਲਸਤਾਨੀ, ਜਰਸੀ ਚੋਲਸਤਾਨੀ ਬਰੀਡ ਹੈ। ਬੈਕ ਸਾਈਡ ਤੋਂ ਆਰਡਰ ਚੈੱਕ ਕਰਨਾ, ਸੂਈ ਕਦੋਂ ਜੀ? ਸੂਈ ਨੂੰ ਜੋਗਾ 4-5 ਦਿਨ ਜੀ। 4 ਤੋਂ 5 ਦਿਨ? ਜੀ ਜੀ। ਕੀ ਕੰਡੀਸ਼ਨ ਹੈ ਜ਼ਰੀ ਗੱਲ? 4-5 ਦੁੱਧ ਤਾਂ ਫਿਰ ਬਣ ਗਿਆ ਹੋਣਾ ਨਾ? ਜੀ ਜੀ ਜੀ, ਦੁੱਧ ਬਣ ਗਿਆ। ਇਸ ਟਾਈਮ ਇਹਦੇ ਕੋਲ ਜੀ ਵੱਛੀ ਨੂੰ ਦੇ ਤੇ 14 ਲੀਟਰ ਦੁੱਧ ਹੈ ਜੀ। 14 ਲੀਟਰ ਆਪਾਂ ਵੀ ਇਹਨਾਂ ਦੇ ਜੋ ਆਪਾਂ ਚੋਂਦੇ ਪਿਆ ਨਾਲ 20 ਏਕੜ ਸੀ ਜ਼ਰੂਰ ਜੀ। ਠੀਕ ਹੋ ਗਿਆ, ਬੱਚੇ ਨੂੰ ਦੇ ਕੇ ਇੱਕ ਟਾਈਮ ਦਾ 7 ਲੀਟਰ? ਜੀ ਜੀ, 7 ਲੀਟਰ। ਚੋਰ ਨੂੰ ਸੀਲ ਸਾਊ ਹੈ? ਸੀਲ ਸਾਊ ਜੀ, ਪੈਰ ਨੂੰ ਚਾਂਦ ਕਰਨਾ। ਅਸੀਂ ਆਉਂਦੇ ਜੀ ਥੱਲੇ ਕੱਚੀ ਜਗ੍ਹਾ 'ਤੇ ਆਉਂਦੇ। ਕੱਚੀ ਜਗ੍ਹਾ 'ਤੇ ਬਾਰਾ ਪਹਿਲਾ ਮੂੰਹ 'ਚ ਜਨਾਬ ਦੋ ਦੰਦ ਹੈ। ਇਹ ਦੇਖੋ ਮਾਸ਼ਾਅੱਲਾ, ਬਾਡੀ ਵੇਟ ਚੰਗਾ ਜਾਨਵਰ ਦਾ, ਔਰ ਗੁੱਲ ਬੜੇ ਸੋਹਣੇ ਲੱਗੇ ਨੇ ਮਾਸ਼ਾਅੱਲਾ। ਨਾ ਛੱਡ ਡਰਦੀ ਹੈ, ਜਾਣ ਦੇ ਜਾਣ ਦੇ। ਫੇਸ ਬੜਾ ਖੂਬਸੂਰਤ। ਬੈਸ ਲਮੀ ਦੀ ਕੀ ਡਿਮਾਂਡ ਹੈ ਇਸ ਬੱਚੇ ਦੀ? ਜਨਾਬ 2 ਆ ਗਈ, ਬਹੁਤ ਵੱਡੀ ਬਾਡੀ ਦਾ ਮਾਸ਼ਾਅੱਲਾ ਜਨਾਬ ਜਾਨਵਰ। ਇਹਦਾ ਵਾਰਾ ਕਿਤਵਾਂ ਜੀ? ਪਹਿਲਣ ਜੀ ਇਹ ਵੀ। ਅੱਛਾ, ਇਹ ਵੀ ਪਹਿਲਣ? ਪਹਿਲਣ ਜੀ, ਪਹਿਲਣ ਛੱਤੀ ਆ। ਇਹ ਕਦੋਂ ਸੂਈ ਜੀ? ਇਹ ਜੀ ਪਰਸੋਂ ਸੂਈ ਹੈ। ਅੱਛਾ, ਇਹ ਪਰਸੋਂ ਸੂਈ? ਛੱਡ ਕੇ ਟੋਰੀ ਵੀ ਨਾਲ ਥੱਲੇ ਖੜਾ, ਤੁਹਾਨੂੰ ਵਿਖਾ ਦੇ। ਬੱਚਾ ਕੀ ਸੂ? ਵੱਛੀ ਜੀ। ਅੱਛਾ, ਇਹਦੇ ਪਿੱਛੇ ਵੱਛੀ? ਇਹ ਗੁੱਲ ਚੈੱਕ ਕਰਨੇ ਨੇ ਮਾਸ਼ਾਅੱਲਾ, ਕਾਲੇ ਗੁੱਲ ਲੱਗੇ ਨੇ, ਹੱਥ ਦੀ ਚੁਆਈ ਵਾਲੇ। ਵਾਰਾ ਪਹਿਲਾ ਹੈ ਜੀ। ਇਹ ਕਿਹੜੀ ਨਸਲ ਹੈ ਜੀ? ਇਹ ਜੀ ਜਰਸੀ ਤੇ ਆਪਣਾ ਚੋਲਸਤਾਨੀ ਤੇ ਫ੍ਰੀਜ਼ ਨੇ ਜੀ। ਅੱਛਾ, ਚੋਲਸਤਾਨੀ ਤੇ ਫ੍ਰੀਜ਼ ਜੀ ਜੀ। ਵੱਡੇ ਸਾਈਜ਼ ਦਾ ਮਾਸ਼ਾਅੱਲਾ ਜਨਾਬ ਜਾਨਵਰ ਦੇ ਚਲਾਬ ਬਣਾ ਕੇ ਦੋਸਤਾਂ ਦੇ। ਬੋਲੋ ਜੀ, ਕੀ ਕੰਡੀਸ਼ਨ ਹੈ ਹਜ਼ਰ ਮੌਕੇ ਦੀ? ਇਹਦੇ ਕੋਲ ਇਸ ਟਾਈਮ ਜੀ 16 ਕਿਲੋ ਹੈ। 16 ਕਿਲੋ 3 ਦੇ ਅੱਜ ਨੂੰ ਜਿੱਤੀ ਅਜ ਨਸੋਈ ਨੂੰ ਹੈ। 3 ਦਿਨ ਹੋ ਗਏ ਨੇ ਜੀ ਜੀ। ਠੀਕ, 16 ਲੀਟਰ ਭਾਈ ਅਸਲਮ ਕਹਿੰਦੇ। 16 ਪੂਰਾ ਜੀ। ਵੱਡੀ ਬਾਡੀ ਦਾ ਮਾਸ਼ਾਅੱਲਾ ਜਨਾਬ ਜਾਨਵਰ ਹੈ ਜੀ। ਪੁੱਠਾ ਮਾਸ਼ਾਅੱਲਾ ਜਨਾਬ, ਮੱਝਾਂ ਵਾਲਾ ਬੈਡ ਦਾ। ਇਹ ਬੈਕ ਸਾਈਡ ਬਾਰਡਰ ਚੈੱਕ ਕਰਨਾ, ਸਲਾਹ ਫੜਾ ਕੇ ਜਨਾਬ ਦੋਸਤਾਂ ਨੂੰ ਥੱਲੇ ਕਰਾਉਣੇ ਜਾਣ ਦੇ ਥੱਲੇ, ਜੇ ਆਪਣਾ ਬਾਹਰ ਨਾ ਜਾਣ ਦੇ। ਪਹਿਲਾਂ ਹੋ ਕੇ ਮਾਸ਼ਾਅੱਲਾ ਜਨਾਬ, ਬਹੁਤ ਵੱਡੇ ਸਾਈਜ਼ ਦਾ ਜਨਾਬ ਜਾਨਵਰ। ਜਾਣ ਦੇ ਅੱਗੇ ਬਾਈ ਅਸਲਮ, ਚੋਰ ਨੂੰ ਸੀਲ ਸਾਊ ਹੈ? ਸੀਲ ਸਾਊ ਕਰਨ ਵਾਲੇ ਪੈਰ ਨਹੀਂ ਜਾਣਦੇ, ਪੈਰ ਵੀ ਨਹੀਂ ਜਾਣਦੇ। ਇਹਨੀ ਬਾਈ ਅਸਲਮ ਕੀ ਡਿਮਾਂਡ ਹੈ ਵੈਡ ਨੰਬਰ 2 ਦੀ? ਇਹਦੇ ਜੇ ਨਿਵਾਲ ਕਰੋ ਤੇ ਜਾਂ ਗਾਵਾਂ ਦਾ ਜੀ, ਸਾਡੇ 5-5 ਤੇ 6-6 ਮੁੱਲ ਪਰ ਜੀ, ਆਪਾਂ ਦਾ ਪੂਰਾ ਜੀ 4.5 ਲੱਖ ਲਾਉਂਗੇ। 4.5? 4.5 ਜੀ ਮੇਰੀ ਦਾ। ਠੀਕ ਹੋ ਗਿਆ ਜੀ। ਇਹਦੇ ਕੋਲ 16 ਦਾ ਮਤਲਬ 16 ਜੀ ਬੋਲਾ ਜੀ, ਇਸ ਟਾਈਮ 3 ਦਿਨ ਹੋ ਗਏ ਜੀ ਸੋਈ ਨੂੰ। ਠੀਕ ਹੈ। ਹਾਂਜੀ, ਆਰਡਰ ਥੋੜ੍ਹਾ ਜਿਹਾ ਪੱਕਾ ਰੱਖਦੇ ਜੀ। ਠੀਕ ਹੈ, ਜਿਹੜੇ ਜਾਨਵਰ ਆਰਡਰ ਪੱਕਾ ਰੱਖਦੇ ਨੇ ਨਾ, ਉਹ ਦੁੱਧ ਜ਼ਿਆਦਾ ਦਿੰਦੇ ਨੇ। ਹਾਂਜੀ, ਆਰਡਰ ਪੱਕਾ ਰੱਖਦੇ ਜੀ। ਪੂਰਾ ਲਾਇਆ ਸੀ ਬੱਚੇ ਤੇ ਲਾਇਆ ਸੀ ਜੀ, ਦੋਨੇ ਤੋਂ ਪੂਰਾ ਸਵਾ ਜੀ। ਇਹਦਾ ਫਾਈਨਲ ਕੀ ਹੈ ਬਾਈ? ਫਾਈਨਲ ਦੀ 4.40 ਕਰ ਲਓ। 4.40, ਉਹ ਲਾਇਆ ਵੀ ਨਹੀਂ ਕਿਹਾ। ਲਓ ਜੀ, ਇਹ 30 ਨੰਬਰ ਦੀ ਬੈੜੀ ਆ ਗਈ ਜਨਾਬ। ਬੈਸ ਲਵੇਂ ਦਾ ਵਾਰਾ ਕਿਤੇ ਮੈਂ ਚਿੱਟੀ ਬੱਚੀ ਪਹਿਲਾਂ ਜੀ ਚੋਗੀ ਵੀ ਮੂੰਹ ਚ। ਬੱਚਾ ਕੀ ਸੀ ਪਿੱਛੇ? ਬੱਚਾ ਜੀ, ਪਿੱਛੇ ਬੱਚਾ ਜੀ ਜੀ। ਕਿੰਨੀ ਦੇਰ ਦੀ ਸੂਈ? ਇਹ ਜੀ 3 ਹਫ਼ਤੇ ਹੋ ਗਏ ਸੂਈ ਨੂੰ। 3 ਹਫ਼ਤੇ? ਪੂਰਾ 3 ਹਫ਼ਤੇ ਜੀ। ਕੀ ਕੰਡੀਸ਼ਨ ਹੈ ਹਜ਼ਰ ਮੌਕੇ ਤੇ? ਯਾਦਰ ਮੌਕੇ ਦੇ ਕਰੀਏ, ਇਹਨੇ ਕੋਈ 14 ਲੀਟਰ ਦੁੱਧ ਜੀ। 14 ਲੀਟਰ? ਇਹ ਜੀ ਆਪਣੀ ਪਿਛਲੀ ਵੀਡੀਓ ਵਿੱਚ ਆਪਾਂ ਲਾਈਏ। ਅੱਛਾ, ਤੇ ਬੰਦੇ ਕਿਨੇ ਬਿਆਨਾ ਕੀਤਾ, ਉਹਨੇ ਬਹੁਤ ਜੀ ਰਾਬਤਾ ਨਹੀਂ ਕੀਤਾ। ਅੱਛਾ, ਬਿਆਨਾ ਮਿਲ ਹੋਇਆ ਸੀ ਨੇ ਦਵਾਰਾ? ਹਾਂਜੀ ਹਾਂਜੀ, ਉਹਨੇ ਅਗਰ ਕਿਤੇ ਵੇਚਣ ਦਿੱਤੀ, ਮੈਂ ਕਿਹਾ ਚਲੋ ਐਸ ਪੇਮੈਂਟ ਲਵਾਉਣਾ, ਬੜੇ ਲਵਾਉਣਾ, ਉਹ ਕੋਈ ਮਾਮਲਾ ਬਣ ਗਿਆ? ਹਾਂਜੀ, ਉਹਨੂੰ ਕੋਈ ਮਸਲਾ ਚੜਨ ਹੋਇਆ ਜੀ, ਮੈਂ ਤਾਂ ਉਹਨਾਂ ਰਾਤੋਂ ਕੱਲ੍ਹ ਵੀ ਕੀਤਾ। ਠੀਕ ਹੈ, ਵੀ ਤੈਨੂੰ ਕੋਈ ਮਸਲਾ ਤੋਂ ਬਾਅਦ ਮੈਂ ਬਿਆਨਾ ਪਿੱਛੇ ਲੈ ਲਿਆ। ਠੀਕ ਹੈ ਹਾਂਜੀ, ਉਹਦਾ ਨੰਬਰ ਬਣਦਾ ਜੀ। ਇਹਦੀ ਕੀ ਡਿਮਾਂਡ ਹੈ ਬਾਈ ਇਸਲਾਮ?
ਬਾਈ ਸਲਾਮ ਦੀ ਕਿਹੜੀ ਨਸਲ ਹੈ ਇਸ ਬੈਡ ਦੀ? ਇਹਦੀ ਜੀ ਆਪਣਾ ਜਰਸੀ ਤੇ ਚੋਲਸਤਾਨੀ ਜੀ। ਜਰਸੀ ਚੋਲਸਤਾਨੀ ਜੀ ਜੀ। ਠੀਕ, ਛੱਡ ਕੇ ਟੋਰੀ ਬਾਈ, ਵਾਰਾ ਕਿਤਵਾਂ ਸੁਣਦਾ? ਦੂਜਾ ਜੀ ਸੋਣਾ ਸੋਣ। ਦੂਸਰਾ ਜੀ ਜੀ। ਦਿਨ ਕਿੰਨੇ ਕੋ ਲੈਂਦੀ ਜੀ? ਦੇ ਜਾਲੀਆਂ ਤੇ 8 ਮਹੀਨੇ ਉਹਨਾਂ ਟਾਈਮ ਤੇ ਪੈ ਜੀ, 9 ਮਹੀਨੇ ਪੂਰੇ ਹੋ ਗਏ। ਠੀਕ ਹੋ, ਤਕਰੀਬਨ 8-10 ਦਿਨ ਕੱਢਦੀ? ਹਾਂ ਜੀ ਜੀ ਕੱਢਦੀ, ਕੱਚੀ। ਕਿੰਨੀਆਂ ਉਧਾਰਾਂ ਕਰਦੀ ਰਹੀ ਜੀ? ਉਧਾਰਾਂ ਜੀ ਮਾਲਕਾਂ ਨੇ ਜੀ ਦੱਸਿਆ ਹੁੰਦਾ 20 ਲੀਟਰ ਤੋਂ ਕੋ ਟਾਈਮ ਦਾ। ਅੱਛਾ। ਹਾਂ ਜੀ, ਅਸੀਂ ਚੋਂਦੇ ਰਹੇ। ਠੀਕ ਹੋ ਗਿਆ। ਜੇ 20 ਨਾ ਦੇਵੇ ਤਾਂ ਗਰਮੀ ਹੈ ਜੀ, ਕੋਈ ਜੀ 2 ਕਿਲੋ ਘੱਟ ਵੀ ਦੇਵੇ ਤਾਂ ਮਾਸ਼ਾਅੱਲਾ ਬੜੀ ਚੰਗੀ। ਹਾਂ ਮੱਝਾਂ ਆ ਜੀ ਰੋ ਕਰਦੇ ਕੋਲ। ਹਾਂ ਮੱਝਾਂ ਦਾ ਮਾਸ਼ਾਅੱਲਾ ਜਨਾਬ ਲੱਗਿਆ ਹੱਥ ਦੀ ਚੁਆਈ ਵਾਲਾ। ਦੇਣ ਬਾਈ ਸਲਾਮ ਕਹਿਣਾ ਹਫਤੇ ਚ ਰਾਉਂਡ ਬੋਰਡ ਲੈਂਦੀ ਹੈ। ਆਰਡਰ ਵੀ ਮਾਸ਼ਾਅੱਲਾ ਬਿਲਕੁਲ ਢਿੱਲਾ ਢਿੱਲਾ ਨਜ਼ਰ ਆਉਂਦੇ ਵੀ ਆਰਡਰ ਦੀ ਸਪੇਸ ਦੱਸਦੀ ਹੈ ਭਈ। ਅੱਧਾ ਬਰੋਕੀ ਪੁੱਤਰ ਥੱਲੇ ਨੂੰ ਥੱਲੇ ਆ ਬਿਲਕੁਲ ਆਹ ਬਿਲਕੁਲ ਕੱਚੀ ਪਿਆ ਦੇ ਬਾ ਜਾਣ ਦੋ ਕੇ ਛੱਡ ਦੋ। ਬਾਈ ਸਲਾਮ ਦੀ ਕੀ ਡਿਮਾਂਡ ਆ? ਆਖਰੀ ਨੰਬਰ ਦੀ ਜਾਨਵਰ ਦੀ ਡਿਮਾਂਡ ਆਪਾਂ ਪੈਕੇਜ ਲਾ ਸੈਂਸ਼ਨ ਵੀਡੀਓ ਲਾਓ ਪੈਕੇਜ ਜੀ। ਇਹਨੂੰ ਇਹਦੇ ਲਿਆਵੀਂ ਵੀ ਕਾਕਾ ਇਹਦੇ ਨਾਲ ਲਾ, ਕੋਈ ਜੋੜਾ ਹੀ ਲੈ ਲਵੇ, ਕਰੋ ਮੁਨਾਸਬ ਰੇਟ ਜੀ। ਜੋੜਾ ਇਕੱਠਾ ਕਰਕੇ ਦੱਸੋ ਜੀ। ਇਹਦਾ 3,25,000 ਜੀ। 3,25,000 ਜੀ, ਦੋਵੇਂ ਲੈ ਲਵੇ ਕੋਈ ਬੰਦਾ ਇਹ ਜਨਾਬ ਇਹ ਚਿੱਟੀ ਦੇਖਿਆ ਦੋਵੇਂ ਜੀ ਤੇ ਕੋਈ ਲਵੇ ਤਾਂ ਇਹ ਜੀ 3,10,000 ਦੀਆਂ ਜੀ। 3,10,000 ਦੀਆਂ? ਹਾਂ ਜੀ ਹਾਂ। 6,20,000 6,20,000 ਦਾ ਜੋੜਾ ਜੀ। ਲਓ ਜੀ 6,20,000 ਦਾ ਜੋੜਾ ਚੱਲਾ ਦੇ ਹੁਕਮ ਨਾਲ ਜੀ। ਇਹ ਜੀ ਇਹ ਬਹੁਤ ਚੰਗੀਆਂ ਜੀ, ਬਹੁਤ ਆਹ ਤੇ ਚੁੱਕ ਚੰਗੀ ਵੈੜਾ ਆ ਕਰਾਸ ਵੈੜਾ ਨੇ ਚੰਗੀਆਂ ਨੇ ਜੀ। ਮੁੱਲ ਦੇ ਹਿਸਾਬ ਨਾਲ ਤਾਂ ਮੈਂ ਹੀ ਕਹਾਂਗਾ ਅੱਛੇ ਜਾਣਾ। ਹਾਂ ਜੀ 6,20,000 ਦਾ ਜੋੜਾ ਜੀ। ਸਹੀ ਹੋ ਗਿਆ ਬਾਈ ਸਲਾਮ, ਰਾਬਤਾ ਨੰਬਰ ਦੱਸੋ ਇੱਥੇ ਉੱਤੇ ਹੋਵੋ ਤੁਸੀਂ ਗਾਵਾਂ ਨੂੰ ਕੋਲ 0305-71-74-34। ਇਹਦਾ ਫਿਰ ਦੱਸ 0305-71-74-34। ਲਓ ਜੀ ਬਾਈ ਸਲਾਮ ਦਾ ਜਿਹੜਾ ਰਾਬਤਾ ਨੰਬਰ ਹੈ, ਲੋਕਲ ਨੰਬਰ ਵੀ, ਵਟਸਐਪ ਨੰਬਰ ਵੀ। ਤਿੰਨ ਵੇੜਾ ਮਾਸ਼ਾਅੱਲਾ ਜੀ, ਥੱਬੇ ਲਾ ਤੇ ਸੋਣਾ ਜਿਲਾ ਨਹੀਂ ਉਹ ਦੱਸਦੀ ਪਏ, ਉਹਨਾਂ ਆਰਡਰ ਵੀ ਦੱਸਦਾ ਪਏ ਦੀ ਕੀਮਤ ਕੋਣੀ ਤੇ ਬਾਖੜੀ ਗਾਂ ਦੀ ਕੀਮਤ ਹੈ। ਸਹੀ ਹੋ ਗਿਆ ਜੀ। ਇਹ ਵੇਖੋ ਤੁਸੀਂ ਤਦੋਂ ਮੁੜ ਕਰਮ ਵਾਲੇ ਸੀ ਸ਼ਰਾਬ ਬੜੀ ਜੀ। ਇਹ ਵੇਖੋ ਮਾਸ਼ਾਅੱਲਾ ਜੀ, ਇੱਕ ਬਾਈ ਸਾਹਿਬ ਥੱਲੇ ਬੈਠਾ ਹਲੰਗ ਗੱਬਨ ਹੈ ਜੀ, ਬਿਲਕੁਲ ਆਰਾਮ ਨਾਲ ਖੜੀ ਹੈ ਜੀ। ਇਹ ਤਾਂ ਮਾਜੀ ਤੁਮਾਜੇ ਗਾਂ ਦੀ ਗਾਂ ਕਰਮਾ ਜੀ। ਬਿਲਕੁਲ ਜੀ। ਲੋਕੇਸ਼ਨ ਜਨਾਬ ਤਹਿਸੀਲ ਦੀਪਾਲਪੁਰ ਡਿਸਟ੍ਰਿਕਟ ਕੁਕੜਾ ਜਨਾਬ ਸਾਡੀ ਲੋਕੇਸ਼ਨ ਹੈ। ਵੀਡੀਓ ਜਨਾਬ ਪਸੰਦ ਆਵੇ ਵੀਡੀਓ ਨੂੰ ਲਾਈਕ ਕਰੋ, ਦੋਸਤਾਂ ਨਾਲ ਜਨਾਬ ਸ਼ੇਅਰ ਜ਼ਰੂਰ ਕੀਤਾ ਕਰੋ। ਮਿਲਾਂਗੇ ਜਨਾਬ ਇੱਕ ਅੱਛੀ ਔਰ ਲਾਜਵਾਬ ਵੀਡੀਓ ਦੇ ਨਾਲ। ਆਪਣੇ ਮੇਜ਼ਬਾਨ ਅਫਜ਼ਾਲ ਅਹਿਮਦ ਜਾਵੇਦ, ਅੱਲਾ ਮਿਹਰਬਾਨ।